ਅੰਮ੍ਰਿਤਸਰ ਵਿਖੇ ਦੇਰ ਰਾਤ ਦੋ ਗੁੱਟਾਂ ਵਿੱਚ ਹੋਇਆ ਖੂਨੀ ਝਗੜਾ, ਇੱਕ ਨੂੰ ਲੱਗੀਆਂ ਗੰਭੀਰ ਸੱਟਾਂ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਕਬੂਲਪੁਰ ਇਲਾਕੇ ਦਾ ਸਾਹਮਣੇ ਆਇਆ ਹੈ, ਜਿੱਥੇ ਦੇਰ ਰਾਤ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਵਿੱਚ ਆਪਸ ਵਿੱਚ ਝਗੜਾ ਹੋ ਗਿਆ। ਝਗੜੇ ਦੌਰਾਨ ਇੱਕ ਗੁੱਟ ਦੇ ਨੌਜਵਾਨ ਤੇ ਗੰਭੀਰ ਸੱਟਾਂ ਲੱਗੀਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਨੌਜਵਾਨ ਨੇ ਦੱਸਿਆ ਕਿ ਉਹ ਘਰ ਤੋਂ ਦਹੀਂ ਲੈਣ ਗਿਆ ਸੀ, ਜਦੋਂ ਵਾਪਸ ਆਉਣ ਲੱਗਾ ਤਾਂ ਤਿੰਨ ਚਾਰ ਨੌਜਵਾਨਾਂ ਵੱਲੋਂ ਉਸ ਨੂੰ ਰਾਹ ਵਿੱਚ ਰੋਕ ਕੇ ਉਸ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੇਸ਼ ਹੈ ਖਾਸ ਰਿਪੋਰਟ। ਮਾਮਲਾ ਇੱਥੇ ਜੀ, ਰਾਤ 10:30 ਵਜੇ ਇੱਕ ਮੁੰਡਾ ਵਾ ਪ੍ਰਬੋਧ ਕੁਮਾਰ, ਉਹ ਦਹੀਂ ਲੈਣ ਗਿਆ ਸੀਗਾ ਅਤੇ ਵਾਪਸੀ ਦੇ ਉੱਤੇ ਕੋਈ ਮੁੰਡਾ ਰਾਹ ਹੋ ਲਿਆ ਕਿਤੇ ਹੱਥੋਂ ਪਾਈ ਹੋਇਆ ਉਹਦਾ, ਕੋਈ ਕੋਈ ਸਿਰ 'ਚ ਕੋਈ ਕੜਾ ਕੁੜਾ ਵੱਜ ਗਿਆ, ਕੋਈ ਝਗੜਾ ਹੋਇਆ। ਉਸ ਤੋਂ ਦੁਬਾਰਾ ਪਤਾ ਲੱਗਾ ਕਿ ਰਾਹੁਲ ਇਹਨਾਂ ਦੇ ਘਰ ਆ ਕੇ ਮੁੰਡੇ ਲੈ ਕੇ ਪਿਆ ਵਾ ਅਤੇ ਲੜਾਈ ਝਗੜਾ ਕੀਤਾ, ਹਿੱਟ ਰੋੜਾ ਚਲਾਇਆ। ਇਹ ਕਹਿੰਦੇ ਆ ਕਿ ਕੋਈ ਫੈਰ ਦੀ ਆਵਾਜ਼ ਆਈ ਆ, ਪਰ ਅਸੀਂ ਮੌਕੇ 'ਤੇ ਤਸਦੀਕ ਕਰਕੇ ਕਾਰਵਾਈ ਕਰ ਰਹੇ ਹਾਂ। ਅਜੇ ਅਜੇ ਤੱਕ ਕੋਈ ਪੁਖਤਾ ਸਬੂਤ ਨਹੀਂ ਸਾਹਮਣੇ ਆਇਆ, ਕੋਈ ਸਾਨੂੰ ਖੋਲ ਕਾਰਤੂਸ ਵਗੈਰਾ ਨਹੀਂ ਮਿਲਿਆ, ਪਰ ਫਿਰ ਵੀ ਕਾਰਵਾਈ ਤਸਦੀਕ ਕਰ ਰਹੇ ਹਾਂ ਮੌਕੇ 'ਤੇ। ਹਾਂਜੀ, ਲੜਾਈ ਇਹ ਕਿਤੇ ਮੈਂ ਇਹਨਾਂ ਦੱਸਿਆ ਕਿ ਪੁਰਾਣੇ ਯਾਰ ਦੋਸਤ ਵੀ ਆ ਅਤੇ ਸ਼ਾਨ ਪ੍ਰਵਾਨ ਆ, ਕਿਤੇ ਆਪੋ ਇਹਦੀ ਕਿਤੇ ਲੜੇ ਝਗੜੇ ਗਏ ਆਪੋ ਇਹਦੀ। ਉਹਦਾ ਜਿਹੜਾ ਮੁੰਡਾ ਹੈਗਾ ਏ ਪ੍ਰਬੋਧ, ਉਹਦਾ ਜੋ ਦਹੀਂ ਲੈ ਕੇ ਆ ਉਹਦੇ ਸਿਰ ਦੇ ਵਿੱਚ ਕੋਈ ਕੜਾ ਕੁੜਾ ਵੱਜਾ, ਕੋਈ ਇੰਜਰੀ ਜ਼ਰੂਰ ਲੱਗੀ ਆ ਕੋਈ। ਨਹੀਂ, ਉਹਦਾ ਡਾਕਟ ਕੱਟ ਕੇ ਦੇਣਾ ਥਾਣੇ ਜਾ ਕੇ। ਦੂਸਰੀ ਨਹੀਂ ਨਹੀਂ ਅਜੇ ਨਹੀਂ, ਅਜੇ ਤਸਦੀਕ ਕਰ ਰਹੇ ਹਾਂ, ਅਜੇ ਕਾਰਵਾਈ ਹੋ ਰਹੀ ਆ ਜੀ। ਹਾਂ, ਮੌਕੇ ਤੇ ਕਾਰਵਾਈ। ਹਾਂਜੀ, ਅਜੇ ਤਸਦੀਕ ਕਰ ਰਹੇ ਹਾਂ। ਕੀ ਨਾਮ ਵੀਰ ਜੀ ਤੁਹਾਡਾ? ਨਾ ਨਾ, ਪ੍ਰਮੋਦ ਸਿੰਘ। ਪ੍ਰਮੋਦ ਜੀ, ਕੀ ਗੱਲ ਹੋਈ ਜਿਹੜਾ ਝਗੜਾ ਹੋਇਆ? ਕੋਈ ਪੁਰਾਣੀ ਛੋਟੇ ਭਰਾ ਨਾਲ ਗੱਲ ਹੋਈ ਅਤੇ ਮੈਨੂੰ ਰੰਜਿਸ਼ ਹੋਈ। ਅੱਛਾ ਜੀ। ਅਤੇ ਮੈਂ ਬਾਜ਼ਾਰ ਗਿਆ ਅਤੇ ਉਹਨਾਂ ਮੈਨੂੰ ਤਿੰਨ ਜਣਿਆਂ ਨੇ ਘੇਰ ਲਿਆ। ਸਾਨੂੰ ਕੌਣ ਸੀ ਜਿਨ੍ਹਾਂ ਨੇ ਤੁਹਾਨੂੰ ਘੇਰਿਆ? ਅਤੇ ਉਹ ਗਲੀ ਦੇ ਮੁੰਡੇ ਹੈਗੇ, ਦੋ ਜਣੇ ਗਲੀ ਦੇ, ਇੱਕ ਬਾਹਰ ਦਾ, ਇਹ ਪਤਾ ਨਹੀਂ ਕੌਣ। ਅੱਛਾ, ਕੀ ਨਾਮ ਸੀ ਉਹਨਾਂ ਦੇ? ਇੱਕ ਦਾ ਨਾਂ ਰਾਹੁਲ, ਅਤੇ ਇੱਕ ਉਹਨਾਂ ਦਾ ਲਾਗੇ ਹੈਗਾ ਸੀ, ਉਹਦਾ ਨਾਂ ਉਹਦਾ ਨਾਂ ਮਣੀ ਹੈਗਾ ਉਹਦਾ ਨਾਂ। ਗੋਲੀ ਮੈਨੂੰ ਪਤਾ ਨੀ ਜੀ, ਮੈਂ ਹੋਸਪਿਟਲ ਗਿਆ, ਮੈਨੂੰ ਮੇਰੇ ਮਗਰੋਂ ਪਤਾ ਨੀ ਕੀ ਹੋਇਆ। ਤੇ ਹੁਣ ਪੁਲਿਸ ਆਈ ਆ, ਕੀ ਕਾਰਵਾਈ ਦਾ ਤੁਹਾਨੂੰ ਭਰੋਸਾ? ਕਾਰਵਾਈ ਪੁਲਿਸ ਕਹਿੰਦੇ ਕਰਾਂਗੇ ਉਹਨਾਂ ਦੇ। ਤੁਸੀਂ ਕੀ ਮੰਗ ਕਰਦੇ ਜੀ, ਕੀ ਹੋਣਾ ਚਾਹੀਦਾ? ਮੈਂ ਉਹਨਾਂ ਦੇ ਕਾਰਵਾਈ ਚਾਹੁੰਦਾ ਵੀ ਉਹ ਅੱਗੇ ਤੋਂ ਗਾਂਹ ਇਹੋ ਕੰਮ ਨਾ ਕਰਨ। ਠੀਕ ਹੈ।